ਲੱਗਦਾ ਸਰਦਾਰਾਂ ਦੇ 12 ਵਜ ਗਏ ਓਏ ਉਹ ਦੇਖ ਸਰਦਾਰਾਂ ਦੇ 12 ਵਜ ਗਏ ਕੁਝ ਕੁ ਸਾਲ ਪਹਿਲਾਂ ਤੱਕ ਇਹ ਮਜ਼ਾਕ ਸਿੱਖਾਂ ਲਈ ਆਮ ਵਰਤਿਆ ਜਾਂਦਾ ਸੀ ਪਰ ਜਿਵੇਂ ਜਿਵੇਂ ਸਾਡੇ ਪੰਥ ਵਿੱਚ ਅਵੇਅਰਨੈਸ ਆ ਰਹੀ ਹੈ ਅਸੀਂ ਇਸ ਮਜ਼ਾਕ ਦਾ ਮੂੰਹ ਤੋੜ ਜਵਾਬ ਦੇਣਾ ਜਾਣ ਗਏ ਹਾਂ ਮੋਟਾ-ਮੋਟਾ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸਾਰਾ ਇਤਿਹਾਸ ਕੀ ਹੈ ਪਰ ਡਿਟੇਲ ਦੇ ਵਿੱਚ ਇਹ ਪੂਰਾ ਇਤਿਹਾਸ ਕਿਸੇ ਵਿਰਲੇ ਨੂੰ ਹੀ ਪਤਾ ਹੋਊਗਾ ਕਿ ਸਿਰਫ 10 ਘੰਟਿਆਂ ਵਿੱਚ ਦਿੱਲੀ ਦੇ 2 ਲੱਖ ਲੋਕਾਂ ਨੂੰ ਕਤਲ ਕਰਵਾ ਕੇ ਮੁਗਲਾਂ ਦਾ 8 ਪੀੜੀਆਂ ਦਾ ਇਕੱਠਾ ਕੀਤਾ ਹੋਇਆ ਬੇਸ਼ੁਮਾਰ ਖਜ਼ਾਨਾ ਲੁੱਟ ਕੇ ਲੈ ਜਾਣ ਵਾਲਾ ਇਹ ਵਿਦੇਸ਼ੀ ਹਮਲਾਵਰ ਕੌਣ ਸੀ ਜਿਹਨੂੰ ਏਸ਼ੀਆ ਦੀ ਸਭ ਤੋਂ ਤਾਕਤਵਰ ਹਕੂਮਤ ਮੁਗਲ ਸਲਤਨਤ ਨਹੀਂ ਰੋਕ ਸਕੀ ਜਿੱਦੇ ਸਾਹਮਣੇ ਦਰਾਈ ਖੈਬਰ ਦੇ ਪਠਾਨ ਨਹੀਂ ਟਿਕ ਸਕੇ ਉਹ ਖੁੱਲੇ ਆਮ ਹਿੰਦੁਸਤਾਨ ਵਿੱਚ ਹਹਾਕਾਰ ਮਚਾਉਂਦਾ ਰਿਹਾ ਪਰ ਮਰਾਟੇ ਹੋਣਿਆਂ ਰਾਜਪੂਤ ਕਿਸੇ ਦੀ ਉਹਦੇ ਸਾਹਮਣੇ ਅੱਖ ਚੁੱਕਣ ਦੀ ਹਿੰਮਤ ਤੱਕ ਨਹੀਂ ਪਈ ਪਰ ਫਿਰ ਸਿੰਘਾਂ ਵਿੱਚ ਹੀ ਇੱਕ ਖਾਸ ਸੀ ਇਹੋ ਜਿਹੇ ਕੀ ਯੁੱਧ ਨੀਤੀਆਂ ਵਰਤੀਆਂ ਸਿੰਘਾਂ ਨੇ ਕਿ ਮੁਠੀ ਪਰ ਫੌਜ ਲੈ ਕੇ ਹੀ ਉਹ ਇਸ ਜ਼ਾਲਮ ਨੂੰ ਨਥਪੂਣ ਵਿੱਚ ਕਾਮਯਾਬ ਹੋ ਗਏ ਇਹ ਸਾਰਾ ਇਤਿਹਾਸ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਕਸੈਸਦਾਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਇਹ ਗੱਲ ਹੈ 18ਵੀਂ ਸਦੀ ਦੀ ਉਹ ਦੌਰ ਜਦੋਂ ਦੁਨੀਆ ਵਿੱਚ ਤਿੰਨ ਵੱਡੀਆਂ ਹਕੂਮਤਾਂ ਦਾ ਦਬਦਬਾ ਸੀ ਹਿੰਦ ਵਿੱਚ ਮੁਗਲ ਸਾਮਰਾਜ ਫਾਰਸ ਵਿੱਚ ਸਫੈਵੀਦਿਕ ਸਾਮਰਾਜ ਤੇ ਤੁਰਕੀ ਵਿੱਚ ਉਸਮਾਨੀ ਸਾਮਰਾਜ ਇਹ ਉਹ ਦੌਰ ਸੀ ਜਦੋਂ ਯੂਰਪ ਵਿੱਚ ਉਦਯੋਗਿਕ ਕ੍ਰਾਂਤੀ ਦਾ ਆਗਾਜ਼ ਹੋ ਰਿਹਾ ਸੀ ਇਸ ਦਰਵਿਸ਼ ਦਿੱਲੀ ਤੋਂ ਲਗਭਗ 22000 ਕਿਲੋਮੀਟਰ ਦੂਰ ਇੱਕ ਬਹੁਤ ਹੀ ਗਰੀਬ ਘਰ ਵਿੱਚ ਜੰਮਿਆ ਇੱਕ ਆਮ ਜਿਹਾ ਮੁੰਡਾ ਨਾਸਿਰ ਉਲੀ ਖਾਨ ਉਰਫ ਨਾਦਰ ਸ਼ਾ ਉਹਨੂੰ ਤੇ ਉਹਦੇ ਹਾਲਾਤਾਂ ਨੂੰ ਵੇਖ ਕੇ ਕੋਈ ਇਹ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਕਿ ਅੱਗੇ ਚੱਲ ਕੇ ਇਹ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣੂਗਾ ਨਾਦਰ ਸ਼ਾ ਨੇ ਖੇਤੀ ਤੇ ਡੰਗਰ ਚਰਉਣ ਤੋਂ ਲੈ ਕੇ ਡਾਕੇਮਾਰੀ ਤੱਕ ਬਹੁਤ ਸਾਰੇ ਕੰਮ ਕੀਤੇ ਪਰ ਖੇਤੀ ਹੀ ਇਹ ਗੱਲ ਉਹਦੀ ਸਮਝ ਵਿੱਚ ਆ ਗਈ ਕਿ ਜਿਹੜੀ ਦੌਲਤ ਤੇ ਸ਼ੌਹਰਤ ਦੀ ਭੁੱਖ ਉਹਦੇ ਮਨ ਵਿੱਚ ਹੈ ਉਹ ਇਨਕਮਨ ਨਾਲ ਸ਼ਾਂਤ ਨਹੀਂ ਹੋਣ ਵਾਲੀ। ਸੋ ਛੋਟੀ ਜਿਹੀ ਉਮਰ ਵਿੱਚ ਹੀ ਉਹ ਫੌਜ ਵਿੱਚ ਭਰਤੀ ਹੋ ਗਿਆ। ਇੱਥੇ ਉਸਨੇ ਬੜਾ ਨਾਮ ਕਮਾਇਆ ਤੇ ਆਪਣੀ ਕਾਬਲੀਅਤ ਤੇ ਦਮ ਤੇ ਤਰੱਕੀ ਕਰਕੇ ਉਹ ਬਹੁਤ ਸੇਤੀ ਫੌਜ ਦਾ ਜਰਨੈਲ ਬਣ ਗਿਆ। ਤੇ ਜਦੋਂ ਸਫੈਦਿਕ ਸਾਮਰਾਜ ਥੋੜਾ ਜਿਹਾ ਹੀ ਕਮਜ਼ੋਰ ਹੋਇਆ, ਇਹ ਤਖਤਾ ਪਲਟ ਕਰਕੇ ਉਦੋਂ ਦੇ ਫਾਰਸ ਤੇ ਅੱਜ ਦੇ ਈਰਾਨ ਦਾ ਬਾਦਸ਼ਾਹ ਬਣ ਗਿਆ। ਪਰ ਇਹ ਤਾਂ ਬਸ ਹਜੇ ਸ਼ੁਰੂਆਤ ਸੀ। ਨਾਦਰ ਸ਼ਾਹ ਤੁਰਕੀ ਤੋਂ ਲੈ ਕੇ ਭਾਰਤ ਤੱਕ ਤੇ ਉਸ ਬੇਗਿਸਤਾਨ ਤੋਂ ਲੈ ਕੇ ਅਰਬ ਤੱਕ ਦੁਨੀਆ ਦਾ ਸਭ ਤੋਂ ਵੱਡਾ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਇਧਰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਦਿਨੋ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ। ਇੱਥੇ ਉਸ ਸਮੇਂ ਦਿੱਲੀ ਦੇ ਤਖਤ ਤੇ ਕਾਬਸ ਸੀ ਮੁਹੰਮਦ ਸ਼ਾ ਰੰਗੀਲਾ। ਰੰਗੀਲਾ ਸ਼ਬਦ ਉਹਦੇ ਨਾਮ ਨਾਲ ਇਸ ਕਰਕੇ ਜੁੜਿਆ ਸੀ ਕਿਉਂਕਿ ਉਹ ਹਕੂਮਤ ਦੇ ਸੁੱਖ-ਦੁੱਖ ਤੋਂ ਅਨਜਾਨ ਸ਼ਰਾਬੀ ਦੀ ਅਯਾਸੀ ਵਿੱਚ ਡੁੱਬਿਆ ਰਹਿਣ ਵਾਲਾ ਬਾਦਸ਼ਾਹ ਸੀ। ਨਾਦਰ ਸ਼ਾ ਇਹ ਗੱਲ ਚੰਗੀ ਤਰ੍ਹਾਂ ਜਾਣ ਗਿਆ ਸੀ। ਕਿ ਮੁਗਲ ਸلطਨਤ ਹੁਣ ਕੋਈ ਵੱਡਾ ਹੱਲਾ ਚੇਲਣ ਜੋਗੀ ਨਹੀਂ ਰਹੀ ਇਸ ਲਈ ਫਿਰ ਉਸਨੇ ਆਪਣਾ ਸਾਰਾ ਲਾਮ ਲਸ਼ਕਰ ਲੈ ਕੇ 1739 ਵਿੱਚ ਹਿੰਦੁਸਤਾਨ ਵੱਲ ਚੜਾਈ ਕਰ ਦਿੱਤੀ afghani ਇਲਾਕੇ ਨੂੰ ਆਪਣੀ ਬੁੱਕਲ ਵੀ ਸਮੇਟਦੇ ਹੋਏ ਜਦੋਂ ਪੰਜਾਬ ਪਹੁੰਚਿਆ ਤਾਂ ਉਸ ਦਾ ਸਭ ਤੋਂ ਪਹਿਲਾ ਮੁਕਾਬਲਾ ਹੋਇਆ ਲਾਹੌਰ 'ਚ ਬੈਠੇ ਪੰਜਾਬ ਦੇ ਗਵਰਨਰ ਜ਼ਕਰੀਆ ਖਾਨ ਨਾਲ ਜ਼ਕਰੀਆ ਖਾਨ ਆਪਣੀ ਔਕਾਤ ਜਾਣਦਾ ਸੀ ਸੋ ਛੋਟੀਆਂ ਮੋਟੀਆਂ ਲੜਾਈਆਂ ਤੋਂ ਬਾਅਦ ਬਹੁਤ ਖੇਤੀ ਹੀ ਉਸਨੇ ਨਦਰ ਸ਼ਾਦੀ ਅਧੀਨਗੀ ਮੰਨ ਲਈ ਲਾਹੌਰ ਵਿੱਚ ਕਤਲੇਆਮ ਤੇ ਲੁੱਟਾਂ ਖੋਹਾਂ ਨਾ ਕਰਨ ਦੇ ਇਵਜ ਵਿੱਚ ਨਾਦਰਸ਼ਾ ਨੇ ਜ਼ਕਰੀਆ ਖਾਨ ਤੋਂ 3 ਕਰੋੜ ਰੁਪਏ ਨਿذرਾਨੇ ਵਜੋਂ ਮੰਗ ਲਿਆ ਮਰਦਾ ਕੀ ਨਾ ਕਰਦਾ ਜਿਹਦੀ ਹਜ਼ਾਰ ਦੀ ਔਕਾਤ ਸੀ ਉਹਦੇ ਕੋਲੋਂ 10000 ਤੇ ਜਿਹਦੀ ਲੱਖ ਦੀ ਔਕਾਤ ਸੀ ਉਹਦੇ ਕੋਲੋਂ 10 ਲੱਖ ਆਮ ਆਵਾਮ ਦੇ ਘਰ ਤੇ ਕਾਰੋਬਾਰ ਹੁੰਜ ਕੇ 3 ਕਰੋੜ ਰੁਪਏ ਇਕੱਠਾ ਕੀਤਾ ਗਿਆ ਜ਼ਕਰੀਆ ਖਾਨ ਨੂੰ ਜਨਤਾ ਨਾਲ ਕੋਈ ਹਮਦਰਦੀ ਨਹੀਂ ਸੀ ਹੁਣ ਵੀ ਤਾਂ ਉਸਨੇ ਜਨਤਾ ਨੂੰ ਲੁੱਟ ਕੇ ਹੀ ਨਦਰਸ਼ਾ ਦਾ ਘਰ ਭਰਿਆ ਸੀ ਅਸਲ ਵਿੱਚ ਇਸ ਤਰੀਕੇ ਨਾਲ ਉਹ ਨਦਰਸ਼ਾ ਵੱਲ ਆਪਣੀ ਵਫਾਦਾਰੀ ਸਾਬਤ ਕਰਕੇ ਆਪਣਾ ਤਖਤ ਬਚਾਉਣਾ ਚਾਹੁੰਦਾ ਸੀ ਹੁੰ ਤੱਕ ਤਾਂ ਬਾਸ਼ਰ ਰੰਗਿੱਲੇ ਨੇ ਨਾਦਰ ਸ਼ਾਹ ਨੂੰ ਸੀਰੀਅਸ ਲਿਆ ਹੀ ਨਹੀਂ ਸੀ ਪਰ ਨਾਦਰ ਸ਼ਾਹ ਦੇ ਧੜਾ ਧੜ ਹੁੰਦੀਆਂ ਜਿੱਤਾਂ ਨੂੰ ਵੇਖ ਕੇ ਉਸ ਦੀ ਨੀਂਦ ਖੁੱਲੀ ਤੇ ਉਹ ਇੱਕ ਬਹੁਤ ਵੱਡੀ ਫੌਜ ਲੈ ਕੇ ਕਰਨਾਲ ਦੇ ਨੇੜੇ ਨਾਦਰ ਸ਼ਾਹ ਦੇ ਰਾਹ ਵਿੱਚ ਆਖਲੋਤਾ ਦਾ ਲੈਟਰ ਮੁਗਲਸ ਬੁੱਕ ਦੇ ਅਕੋਰਡਿੰਗ 2 ਮੀਲ ਚੌੜੀ ਤੇ 15 ਮੀਲ ਲੰਬੀ ਇਸ ਫੌਜ ਨੂੰ ਜੇ ਯੂਰੋਪੀਅਨ ਮਾਪ ਡੰਡਾ ਦੇ ਆਧਾਰ ਤੇ ਟ੍ਰੇਨਿੰਗ ਦਿੱਤੀ ਹੁੰਦੀ ਤਾਂ ਇਹ ਬੜੀ ਆਸਾਨੀ ਨਾਲ ਪੂਰੀ ਦੁਨੀਆ ਨੂੰ ਜਿੱਤ ਸਕਦੀ ਸੀ ਪਰ ਜੰਗ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਇਹ ਫੌਜ ਨਹੀਂ ਮੇਲੇ ਦੀ ਭੀੜ ਲੱਗ ਰਹੀ ਸੀ अनुशासन ਦੀ ਬਹੁਤ ਕਮੀ ਸੀ ਜਿਹੜੇ ਸਰਦਾਰ ਨੂੰ ਜੋ ਸਮਝਾ ਰਿਆ ਸੀ ਉਹ ਉਵੇਂ ਹੀ ਕਰ ਰਿਹਾ ਸੀ ਇਸ ਲਈ ਫਿਰ ਮਸਾ 10ਵੇਂ ਹਿੱਸੇ ਦੀ ਫੌਜ ਲੈ ਕੇ ਨਾਦਰ ਸ਼ਾਹ ਨੇ ਰੰਗੀਲੇ ਨੂੰ ਗੋਡੇ ਟੇਕਣ ਤੇ ਮਜਬੂਰ ਕਰ ਦਿੱਤਾ ਤੇ ਨਜ਼ਰਬੰਦ ਕਰ ਲਿਆ ਉਸ ਤੋਂ ਇੱਕ ਹਫ਼ਤੇ ਬਾਅਦ ਰੰਗੀਲੇ ਨੂੰ ਆਪਣੇ ਨਾਲ ਲੈ ਕੇ ਨਾਦਰ ਸ਼ਾਹ ਆਪਣੀ ਫੌਜ ਸਮੇਤ ਦਿੱਲੀ ਸ਼ਹਿਰ ਵਿੱਚ ਵੜਿਆ ਫੌਜਾਂ ਮਨਮਰਜ਼ੀ ਮੁਤਾਬਕ ਘਰਾਂ ਬਜ਼ਾਰਾਂ ਤੇ ਦੁਕਾਨਾਂ 'ਚ ਵੜ ਗਈਆਂ ਤੇ ਦਿੱਲੀ ਸ਼ਹਿਰ ਦੇ ਨਜ਼ਾਰੇ ਮਾਨਣ ਲੱਗੀਆਂ ਅਗਲੇ ਦਿਨ ਦਿੱਲੀ ਸ਼ਹਿਰ ਦੀ ਸਭ ਤੋਂ ਵੱਡੀ ਮਸਜਿਦ ਵਿੱਚ ਨਾਦਰ ਸ਼ਾਹ ਦੀ ਬਾਦਸ਼ਾਹੀ ਦਾ ਕੁਦਵਾ ਪੜਿਆ ਜਾਣਾ ਸੀ। ਇੱਕ ਨਵ ਵਿਆਹੀ ਵੋਟੀ ਵਾਂਗ ਪੂਰੇ ਦਿੱਲੀ ਸ਼ਹਿਰ ਨੂੰ ਸਜਾਇਆ ਗਿਆ। ਹਾਥੀ ਤੇ ਸਵਾਰ ਹੋ ਕੇ ਨਾਦਰ ਸ਼ਾਹ ਬੜੇ ਸ਼ਾਹੀ ਜਲੂਸ ਨਾਲ ਮਸਜਿਦ ਤੱਕ ਪਹੁੰਚਿਆ। ਉਸੇ ਸਮੇਂ ਸ਼ਹਿਰ ਦੇ ਕਿਸੇ ਦੂਸਰੇ ਹਿੱਸੇ ਵਿੱਚ ਕਿਸੇ ਨੇ ਨਾਦਰ ਸ਼ਾਹ ਦੇ ਕਤਲ ਦੀ ਅਫਵਾਹ ਫਲਾ ਦਿੱਤੀ ਤੇ ਇਹ ਗੱਲ ਅੱਗ ਤੋਂ ਵੀ ਤੇਜ਼ੀ ਨਾਲ ਪੂਰੇ ਸ਼ਹਿਰ ਵਿੱਚ ਫੈਲ ਗਈ। ਲੋਕ ਤਾਂ ਪਹਿਲਾਂ ਹੀ ਫੌਜ ਦੀਆਂ ਮਨਮਾਨੀਆਂ ਤੋਂ ਅੱਕੇ ਹੋਏ ਸਨ। ਇਹ ਖਬਰ ਮਿਲਦੇ ਹੀ ਉਹ ਫੌਜ ਤੇ ਟੁੱਟ ਪਈ ਤੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਇਸ ਗੱਲ ਦਾ ਪਤਾ ਜਦੋਂ ਮਸਜਿਦ 'ਚ ਬੈਠੇ ਨਾਦਰ ਸ਼ਾਹ ਨੂੰ ਚੱਲਿਆ ਤਾਂ ਉਸਨੇ ਦਿੱਲੀ ਦੇ ਗਵਰਨਰ ਕਮਰੂਦੀਨ ਮੀਰ ਆਤਸ਼ ਨੂੰ ਆਪਣੇ ਕੋਲ ਤਲਬ ਕੀਤਾ ਕਹਿੰਦਾ ਇਹ ਕੀ ਤਮਾਸ਼ਾ ਹੈ ਮੇਰੀ ਫੌਜ ਦੀ ਇੰਨੀ ਬੇਇੱਜ਼ਤੀ ਇਹ ਸਭ ਤੁਰੰਤ ਕਾਬੂ ਕੀਤਾ ਜਾਵੇ ਇਹ ਗੱਲ ਹਜੇ ਚੱਲ ਹੀ ਰਹੀ ਸੀ ਉਸ ਸਮੇਂ ਇੱਕ ਤੋੜੇਦਾਰ ਬੰਦੂਕ ਦੀ ਗੋਲੀ ਨਾਦਰ ਸ਼ਾਹ ਦੇ ਮੋਢੇ ਕੋਲ ਦੀ ਲੰਘ ਗਈ ਤੇ ਉਹ ਮਰਦਾ ਮਰਦਾ ਬਚਿਆ ਇਸ ਗੱਲ ਨਾਲ ਉਸਦੇ ਗੁੱਸੇ ਦਾ ਜਵਲਾਮੁਖੀ ਫਟ ਪਿਆ ਤੇ ਉਹ ਆਪੇ ਤੋਂ ਬਾਹਰ ਹੋ ਗਿਆ ਤੁਰੰਤ ਆਪਣੀ ਤਲਵਾਰ ਨੂੰ بے میਾਨ ਕਰਕੇ ਫੌਜ ਨੂੰ ਦਿੱਲੀ ਸ਼ਹਿਰ ਵਿੱਚ ਲੋਥਾਂ ਦੇ ਢੇਰ ਵਛੋਂਦੀ ਲਹੂ ਦੇ ਦਰਿਆ ਵਹੋਂ ਦਾ ਹੁਕਮ ਦੇ ਦਿੱਤਾ ਕਹਿੰਦਾ ਇਹਨਾਂ ਦਿੱਲੀ ਵਾਲਿਆਂ ਨੂੰ ਅੱਜ ਦੱਸ ਦਿਓ ਕਿ ਨਾਦਰ ਸ਼ਾਹ ਕਿਸ ਤੂਫਾਨ ਦਾ ਨਾਮ ਹੈ ਫੌਜਾਂ ਨੇ ਹੁਕਮ ਦੀ ਇਨ ਬਿਨ ਪਾਲਣਾ ਕੀਤੀ ਉਹ ਤਲਵਾਰਾਂ ਧੁਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਤੁਰੇ ਫਿਰਦੇ ਤੇ ਘਰਾਂ ਤੇ ਦੁਕਾਨਾਂ ਵਿੱਚ ਚੈਨਲ ਬੈਠੇ ਆਵਾਮ ਤੇ ਟੁੱਟ ਪਏ ਜਨਤਾ ਨੂੰ ਵੱਡ-ਵੱਡ ਕੇ ਦਿੱਲੀ ਦੀਆਂ ਸੜਕਾਂ ਤੇ ਲਾਸ਼ਾਂ ਦੇ ਢੇਰ ਲਾ ਦਿੱਤੇ ਸੜਕਾਂ ਤੇ ਲਹੂ ਇੰਜ ਡੁੱਲਿਆ ਸੀ ਜਿਵੇਂ ਨਾਦਰ ਸ਼ਾਹ ਦੇ ਸਵਾਗਤ ਲਈ ਬਾਜ਼ਾਰਾਂ ਵਿੱਚ ਲਾਲ ਗਲੀਚਾ ਵਿਛਾ ਦਿੱਤਾ ਗਿਆ ਹੋਵੇ ਇਸ ਸਾਰੇ ਕਤਲੇਆਮ ਦੌਰਾਨ ਨਾਦਰ ਸ਼ਾਹ ਮਸਜਿਦ ਵਿੱਚ ਹੀ ਬੈਠਾ ਰਿਹਾ ਦਿੱਲੀ ਦੇ ਕੁਝ ਮੋਤਵਾਰ ਬੰਦੇ ਗਵਰਨਰ ਕਮਰੂਦੀਨ ਮੀਰ ਆਤਸ਼ ਨੂੰ ਲੈ ਕੇ ਨਾਦਰ ਸ਼ਾਹ ਦੇ ਅੱਗੇ ਤਰਲੇ ਮਾਰਨ ਲੱਗੇ ਆਪਣੀਆਂ ਪੱਗਾਂ ਉਹਦੇ ਪੈਰਾਂ ਵਿੱਚ ਰੱਖ ਕੇ ਕਤਲੇਆਮ ਰੋਕਣ ਦੀਆਂ ਬੇਨਤੀਆਂ ਕੀਤੀਆਂ ਅਦ ਜਾ ਕੇ ਆਖਰਕਾਰ ਇਹ ਕਤਲੇਆਮ ਬੰਦ ਹੋਇਆ ਇਹ ਕਾਲਾ ਦਿਨ ਇਤਿਹਾਸ ਵਿੱਚ ਨਾਦਰਸ਼ਾਹੀ ਕਤਲੇਆਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦੋਂ ਸਿਰਫ 10 ਘੰਟੇ ਚੱਲੇ ਇਸ ਕਤਲੇਆਮ ਵਿੱਚ ਸਵਾ ਲੱਖ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਪਰ ਇਹ ਕਤਲੇਆਮ ਨਾਦਰ ਸ਼ਾਹ ਨੇ ਸਿਰਫ ਰਹਿਮ ਖਾ ਕੇ ਬੰਦ ਨਹੀਂ ਕੀਤਾ ਦਿੱਲੀ ਨੂੰ ਇਹਦਾ ਬੜਾ ਵੱਡਾ ਮੁੱਲ ਚੁਕਾਉਣਾ ਪਿਆ ਇਹ ਕਤਲੇਆਮ ਰੁਕਣ ਬਦਲੇ ਨਾਦਰ ਸ਼ਾਹ ਵੱਲੋਂ ਬੜੇ ਵੱਡੇ ਨਜ਼ਰਾਨਿਆਂ ਦੀ ਸ਼ਰਤ ਰੱਖੀ ਗਈ ਸੀ ਇਹਨਾਂ ਨਜ਼ਰਾਨਿਆਂ ਦਾ ਜ਼ਿਕਰ ਆਪਾਂ ਨੂੰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਕਿਤਾਬ ਨਵਾਬ ਕਪੂਰ ਸਿੰਘ ਵਿੱਚ ਮਿਲਦਾ ਹੈ 15 ਕਰੋੜ ਰੁਪਈਆ 70 ਕਰੋੜ ਦੇ ਸੋਨਾ ਚਾਂਦੀ ਹੀਰੇ ਤੇ ਜਵਾਹਰat 1000 ਹਾਥੀ 7000 ਨਸਲੀ ਘੋੜੇ 10000 ਊਠ 10000 ਔਰਤਾਂ ਤੇ 2200 ਕੁਵਾਰੀਆਂ ਕੁੜੀਆਂ 100 ਹੀਜੜੇ ਹਰਮ ਦੀ ਸੇਵਾ ਕਰਨ ਲਈ ਇਸ ਤੋਂ ਇਲਾਵਾ ਦਿੱਲੀ ਸ਼ਹਿਰ ਦੇ ਵੱਖ-ਵੱਖ ਤਰ੍ਹਾਂ ਦੇ ਚੋਟੀ ਦੇ ਕਾਰੀਗਰ 200 ਲੋਹਾਰ 200 ਪੱਥਰਕਰ ਤੇ ਤੈਨਸੋ ਰਾਜ ਮਿਸਤਰੀ ਇਹ ਸਭ ਲੈ ਕੇ ਨਾਦਰ ਸ਼ਾਹ ਦਿੱਲੀ ਤੋਂ ਈਰਾਨ ਵੱਲ ਰਵਾਨਾ ਹੋਇਆ ਕਿਹਾ ਜਾ ਸਕਦਾ ਹੈ ਕਿ ਜੋ ਕੁਝ ਮੁਗਲਾਂ ਨੇ ਅੱਠ ਪੀੜੀਆਂ ਵਿੱਚ ਤੇਗਾ ਵਾਹ ਕੇ ਤੇ ਲੋਕਾਂ ਦਾ ਖੂਨ ਚੂਸ ਕੇ ਇਕੱਠਾ ਕੀਤਾ ਸੀ ਉਹ ਸਭ ਕੁਝ ਹੁੰਝ ਕੇ ਨਾਦਰ ਸ਼ਾਹ ਆਪਣੇ ਨਾਲ ਲੈ ਚੱਲਿਆ ਸੀ ਤੁਰੰਤੋਂ ਪਹਿਲਾਂ ਨਾਦਰ ਸ਼ਾਹ ਨੇ ਜਕਰੀਆ ਖਾਨ ਵੱਲ ਇੱਕ ਸੁਨੇਹਾ ਭੇਜਿਆ ਕਿ ਮੇਰੇ ਹੁੰਦਿਆਂ ਨੂੰ 1 ਕਰੋੜ ਰੁਪਇਆ ਹੋਰ ਤਿਆਰ ਰੱਖੇ ਸਮੁੰਦਰੀ ਤੂਫਾਨ ਵਾਂਗ ਦਿੱਲੀ ਨੂੰ ਪੂਰੀ ਤਰ੍ਹਾਂ ਉਜਾੜਨ ਤੋਂ ਬਾਅਦ ਆਪਣਾ ਲੁੱਟਦਾ ਸਾਰਾ ਮਾਲ ਗੱਡੀਆਂ ਤੇ ਲੱਦ ਕੇ ਹੁਣ ਨਾਦਰ ਸ਼ਾਹ ਈਰਾਨ ਵੱਲ ਪੁੱਠਾ ਮੁੜ ਰਿਹਾ ਸੀ ਤੇ ਹੁਣ ਫਿਲਮ ਵਿੱਚ ਐਂਟਰੀ ਹੋਊਗੀ ਹੀਰੋ ਦੀ ਵੈਸੇ ਸ਼ਾਇਦ ਹੀ ਕੋਈ ਇਹੋ ਜੀ ਫਿਲਮ ਹੋਊਗੀ ਜਿਹਦੇ ਵਿੱਚ ਅੱਧੇ ਤੋਂ ਜ਼ਿਆਦਾ ਟਾਈਮ ਸਟੋਰੀ ਕੱਲੇ ਵਿਲਨ ਦੀ ਹੀ ਦੱਸੀ ਗਈ ਹੋਵੇ ਪਰ ਵਿਸ਼ੇ ਦੇ ਹਿਸਾਬ ਨਾਲ ਇਹ ਜ਼ਰੂਰੀ ਸੀ ਜਦੋਂ ਜੰਗਲਾਂ 'ਚ ਵੱਟੇ ਸਿੰਘਾਂ ਤੱਕ ਮਨੁੱਖਤਾ ਦੇ ਇਸ ਘਾਣ ਦੀ ਖਬਰ ਪਹੁੰਚੀ ਤਾਂ ਜ਼ੁਲਮ ਦੀ ਇਹ ਦਾਸਤਾਨ ਸੁਣ ਕੇ ਉਹਨਾਂ ਦਾ ਖੂਨ ਖੋਲਣ ਲੱਗ ਪਿਆ ਨਵਾਬ ਕਪੂਰ ਸਿੰਘ ਦੇ ਸੱਦੇ ਤੇ ਤੁਰੰਤ ਸਾਰੇ ਸਿੰਘ ਜੰਗਲਾਂ ਵਿੱਚ ਇੱਕ ਥਾਂ ਤੇ ਇਕੱਠੇ ਹੋਏ ਨਵਾਬ ਕਪੂਰ ਸਿੰਘ ਫਰਮਾਏ ਕਿ ਖਾਲਸਾ ਜੀ ਅੱਜ ਇੱਕ ਸ਼ੈਤਾਨ ਹਿੰਦੁਸਤਾਨ ਦੀ ਇੱਜ਼ਤ ਹਜ਼ਾਰਾਂ ਧੀਆ ਭੈਣਾਂ ਨੂੰ ਗੁਲਾਮ ਬਣਾ ਕੇ ਇੱਥੋਂ ਲਿਜਾ ਰਿਹਾ ਹੈ। ਉਹਦੇ ਅੱਗੇ ਨਾ ਤਾਂ ਰਾਜਪੁੱਤਾਂ ਨੇ ਆਪਣੀ ਤੀਖ ਦੇ ਜੋਹਰ ਵਿਖਾਏ ਤੇ ਨਾ ਹੀ ਮਰੱਟੇ ਮੈਦਾਨ ਵਿੱਚ ਉਤਰੇ। ਨਦਰਸ਼ਾ ਇੱਥੋਂ ਧਾਰਨਾ ਬਣਾ ਕੇ ਜਾ ਰਿਹਾ ਹੈ ਕਿ ਹਿੰਦੁਸਤਾਨ ਦੀਆਂ ਸਾਰੀਆਂ ਕੁੰਮ ਅੰਦਰੋਂ ਥੋਥੀਆਂ ਹੋ ਗਈਆਂ ਹਨ ਜਿਨ੍ਹਾਂ ਵਿੱਚ ਆਪਣੀਆਂ ਧੀਆ ਭੈਣਾਂ ਦੀ ਇੱਜ਼ਤ ਤੱਕ ਬਚਾਉਣ ਦੀ ਸਮਰੱਥਾ ਨਹੀਂ ਹੈ। ਆਓ ਖਾਲਸਾ ਜੀ ਇਹਨਾਂ ਨੂੰ ਵਿਖਾ ਦਈਏ ਕਿ ਇਸ ਧਰਤੀ ਤੇ ਇੱਕ ਸ਼ੇਰ ਦਿਲ ਹੌਸਲੇ ਵਾਲੀ ਮਰਦ ਦਲੇਰ ਕੌਮ ਵੀ ਵਸਦੀ ਹੈ। ਜੋ ਚੜ ਕੇ ਆਏ ਦੁਸ਼ਮੰਦ ਦੇ ਦੰਦ ਭੰਨੇ ਜਾਣਦੀ ਹੈ ਗੁਰਮਤਾ ਪਾਸ ਕਰਕੇ ਸਿੰਘ ਨਾਦਰ ਸ਼ਾਹ ਦੇ ਪੰਜਾਬ ਵਿੱਚ ਵੜਨ ਦੀ ਉਡੀਕ ਕਰਨ ਲੱਗੇ। ਸ਼੍ਰੀ ਗੋਇੰਦਵਾਲ ਸਾਹਿਬ ਦੇ ਕੋਲ ਖੁੱਲੇ ਮੈਦਾਨ ਵਿੱਚ ਨਾਦਰ ਸ਼ਾਹ ਨੇ ਆਪਣੀ ਫੌਜ ਦਾ ਪੜਾਅ ਲਾਇਆ ਹੋਇਆ ਸੀ। ਬੜੀ ਡਰਾਉਣੀ ਰਾਤ ਸੀ ਉਹ। ਅਸਮਾਨ ਵਿੱਚ ਛਾਈ ਕਾਲੀ ਘਟਾ ਕਰਕੇ ਘੁੱਪ ਹਨੇਰਾ ਸੀ। ਉਤੋਂ ਥੋੜੇ-ਥੋੜੇ ਸਮੇਂ ਬਾਅਦ ਵਰਦੇ ਮੀਂਹ ਨੇ ਮਾਹੌਲ ਹੋਰ ਵੱਧ ਡਰਾਉਣਾ ਕਰ ਰੱਖਿਆ ਸੀ। ਅਚਾਨਕ ਜਕਾਰਾਂ ਦੀ ਆਕਾਸ਼ ਤੋੜ ਗੂੰਜ ਨਾਲ ਘੋੜਿਆਂ ਤੇ ਸਵਾਰ ਹਜ਼ਾਰਾਂ ਸਿੰਘਾਂ ਨੇ ਨਾਦਰ ਸ਼ਾਹ ਦੀ ਫੌਜ ਤੇ ਹਮਲਾ ਕਰ ਦਿੱਤਾ ਚਾਰੇ ਪਾਸੇ ਗੋਲੀਆਂ ਤੇ ਤੀਰਾਂ ਦੀ ਵਰਖਾ ਹੋ ਰਹੀ ਸੀ ਸਿੰਘ ਇਰਾਨੀ ਸਪਈਆਂ ਨੂੰ ਗਾਜਰ ਮੂਲੀ ਵਾਂਗ ਵੱਢ ਕੇ چیر ਕੇ ਅੱਗੇ ਵਧ ਰਹੇ ਸਨ ਤੇ ਛੇਤੀ ਹੀ ਉਹ ਕੈਦੀਆਂ ਦੀ ਬਲਗਨ ਤੱਕ ਪਹੁੰਚ ਗਏ ਤੇ ਹਜ਼ਾਰਾਂ ਕੈਦੀਆਂ ਨੂੰ ਆਜ਼ਾਦ ਕਰਵਾ ਦਿੱਤਾ ਕੁਝ ਸਿੰਘਾਂ ਨੇ ਹਥਿਆਰਾਂ ਦੇ ਸੰਦੂਕ ਸੰਭੇ ਤੇ ਕੁਝ ਨੇ ਸੋਨੇ ਚਾਂਦੀ ਦੇ ਤੇ ਜਦੋਂ ਤਾਈ ইরਾਨੀ ਫੌਜ ਨੂੰ ਹੋਸ਼ ਆਇਆ ਸਿੰਘ ਆਪਣਾ ਕੰਮ ਨਿਪਟਾ ਕੇ ਅੰਧਕਾਰ ਮੇਂ ਜੰਗਲ ਵਿੱਚ ਛਾਈ ਮਾ ਹੀ ਹੋ ਗਏ ਜਦੋਂ ইরਾਨੀ ਸੰਭਲੇ ਤਾਂ ਉਹ ਸਿੰਘਾਂ ਨੂੰ ਲਲਕਾਰਨ ਲੱਗੇ ਹੁਣ ਇਹ ਸਭ ਬੇਕਾਰ ਸੀ ਜਿਹੜਾ ਵੇਲਾ ਜੋਸ਼ ਵਖੋਨਦਾ ਸੀ ਉਹ ਤਾਂ ਇਹਨਾਂ ਨੇ ਅੱਖਾਂ ਮਲਦਿਆਂ ਤੇ ਆਪਣੀਆਂ ਪਿਆਰੀਆਂ ਜਾਨਾਂ ਨੂੰ ਬਚਾਉਂਦਿਆਂ ਲਗਾ ਦਿੱਤਾ ਇਸ ੱਲੇ ਤੋਂ ਬਾਅਦ ਦੋ ਰਾਤਾਂ ਖਾਲੀ ਲੰਗੀਆਂ ਕਿਉਂਕਿ ਹਥਾਈ ਮਾਲ ਨੂੰ ਤੇ छुੜਾਈਆਂ ਧੀਆ ਭੈਣਾਂ ਨੂੰ ਕਿਸੇ ਸੁਰੱਖਤ ਥਾਂ ਤੱਕ ਪਹੁੰਚਾਉਣਾ ਪਹਿਲਾਂ ਵੱਧ ਜ਼ਰੂਰੀ ਸੀ। ਤੀਜੀ ਰਾਤ ਦਿਸ਼ਾ ਬਦਲ ਕੇ ਸਿੰਘਾਂ ਨੇ ਹੋਰ ਵੀ ਜ਼ਬਰਦਸਤ ਹਮਲਾ ਕੀਤਾ। ਕੈਦ ਕੀਤੀਆਂ ਧੀਆ ਭੈਣਾਂ ਨੂੰ ਤਾਂ छुੜਾਇਆ ਹੀ ਇਸ ਰਾਤ ਹਥਿਆਰਾਂ ਦਾ ਇੱਕ ਵੱਡਾ ਜ਼ਕੀਰਾ ਵੀ ਸਿੰਘਾਂ ਦੇ ਹੱਥ ਲੱਗਿਆ। ਆਪਣੀ ਇਸ ਲੁੱਟ ਤੋਂ ਬਾਅਦ ਗੁੱਸੇ ਤੇ ਹੰਕਾਰ ਚ ਭਰਿਆ ਨਾਦਰ ਸ਼ਾ ਜ਼ਕਰੀਆ ਖਾਨ ਨੂੰ ਬੁਲਾ ਕੇ ਕਹਿੰਦਾ ਹੈ ਜ਼ਕਰੀਆ ਖਾਨ ਨਾਦਰ ਸ਼ਾ ਇੱਕ ਤੂਫਾਨ ਦਾ ਨਾਮ ਹੈ ਜਿਹਨੂੰ ਨਾ ਮੰਗੋਲ ਦੇ ਯੋਧੇ ਰੋਕ ਸਕੇ। ਨਾ ਦਰੈ ਖੈਬਰ ਦੇ ਪਠਾਨ ਰੋਕ ਸਕੇ ਜਿਹਦੇ ਸਾਹਮਣੇ ਦਿੱਲੀ ਦੀ ਸਲਤਰਤ ਨੇ ਵੀ ਗੋਡੇ ਟੇਕ ਦਿੱਤੇ ਇਹਨਾਂ ਮੁੱਠੀ ਪਰ ਘੋਡਸਵਾਰਾਂ ਦੀ ਹਿੰਮਤ ਕਿਵੇਂ ਪਈ ਮੈਨੂੰ ਵੰਗਾਰਨ ਦੀ ਜਿੰਨਾ ਲਾਮ ਲਸ਼ਕਰ ਲਜਾਣਾ ਹੈ ਲੈ ਜਾ ਤਿੰਨ ਦਿਨ ਹੰ ਤੈਰ ਕੋਲ ਇਹ ਜਿੱਥੇ ਵੀ ਰਹਿੰਦੇ ਹਨ ਇਹਨਾਂ ਦੇ ਪਿੰਡ ਟਿਕਾਣੇ ਤਲਾਸ਼ ਕੇ ਇਹਨਾਂ ਦੇ ਘਰਬਾਰ ਸਭ ਕੁਝ ਬਰਬਾਦ ਕਰਦਾ ਜ਼ਕਰੀਆ ਖਾਨ ਵਿਚਾਰਾ ਕੀ ਕਰਦਾ ਉਹ ਤਾਂ ਆਪ ਸਿੰਘਾਂ ਤੋਂ ਅੱਖਿਆ ਫਿਰਦਾ ਸੀ ਕਹਿੰਦਾ ਬਾਦਸ਼ਾਹ ਸਲਾਮਤ ਇਹਨਾਂ ਦੇ ਘਰਬਾਰ ਕੀ ਉਜਾੜੀਏ ਇਹ ਤਾਂ ਰਹਿੰਦੇ ਹੀ ਘੋੜਿਆਂ ਦੀਆਂ ਕਾਠੀਆਂ ਤੇ ਹਨ ਘੋੜਿਆਂ ਤੇ ਹੀ ਖਾਂਦੇ ਹਨ ਘੋੜਿਆਂ ਤੇ ਹੀ ਸੌਂਦੇ ਹਨ ਤੇ ਜਿੱਥੇ ਘੋੜਸਵਾਰ ਇਕੱਠੇ ਹੋ ਜਾਂਦੇ ਹਨ ਉੱਥੇ ਹੀ ਇਹਨਾਂ ਦਾ ਪਿੰਡ ਵੱਸ ਜਾਂਦਾ ਹੈ ਕਦ ਜਕਰੀਆ ਖਾਨ ਨੇ ਨਦਰਸ਼ਾਹ ਨੂੰ ਦੱਸਿਆ ਕਿ ਤਿੰਨ ਦਿਨ ਤੱਕ ਹੀ ਅਸੀਂ ਤਾਂ ਔਰੰਗਜ਼ੇਬ ਦੇ ਸਮੇਂ ਤੋਂ ਆਪਣੀ ਪੂਰੀ ਵਾਹ ਲਾ ਰਹੇ ਹਾਂ ਪਰ ਇਹ ਸਾਡੇ ਕਾਬੂ ਨਹੀਂ ਆਉਂਦੇ ਸ਼ਹਿਨਸ਼ਾ ਖੁਦ ਹੀ ਕੋ ਭਾਕਤ ਕਾਣ ਨਾ ਕਾਹੂ ਕੀ ਇਹ ਰਾਖਤ ਹਰ ਸਿੰਘ ਆਪਣੇ ਆਪ ਨੂੰ ਬਾਦਸ਼ਾਹ ਮੰਨਦਾ ਹੈ ਡਰਨਾ ਝੁਕਣਾ ਭਜਣਾ ਤੇ ਹਾਰਨਾ ਇਹ ਸ਼ਬਦਾਂ ਦੇ ਤਾਂ ਇਹਨਾਂ ਨੂੰ ਅਰਥ ਹੀ ਨਹੀਂ ਪਤਾ ਹੁਣ ਨਾਦਰ ਸ਼ਾਹ ਦਾ ਗੁੱਸਾ ਹੈਰਾਨੀ ਵਿੱਚ ਬਦਲ ਗਿਆ ਕਹਿੰਦਾ ਇੰਨੀ ਦਲੇਰ ਕੌਮ ਜਾਤ ਕੀ ਹੈ ਇਹਨਾਂ ਦੀ ਬਾਦਸ਼ਾਹ ਇਹ ਆਪਣੇ ਆਪ ਨੂੰ ਖਾਲਸਾ ਕਹਉਂਦੇ ਹਨ ਤੇ ਇਹਨਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਇੰਨੀ ਬਹਾਦਰੀ ਇੰਨਾ ਜਜ਼ਬਾ ਇਹੋ ਜਿਹਾ ਕੀ ਖਾਂਦੇ ਹਨ ਕੀ ਖਾਂਦੇ ਹਨ ਇਹ ਤਾਂ ਪਤਾ ਨਹੀਂ ਬਾਦਸ਼ਾਹ ਪਰ ਖਾਂਦੇ ਕਿਵੇਂ ਹਨ ਇਹ ਮੈਂ ਦੱਸ ਸਕਦਾ ਹਾਂ ਇਕੱਠੇ ਹੋ ਕੇ ਇੱਕੋ ਥਾਂ ਤੇ ਸਭ ਦਾ ਭੋਜਨ ਤਿਆਰ ਹੁੰਦਾ ਹੈ ਤੇ ਤਿਆਰ ਕਰਕੇ ਹੋਕਾ ਦੇ ਦਿੰਦੇ ਹਨ ਭੁੱਖਾ ਦੇਤ ਆਵਾਜ਼ਾ ਕੋਈ ਛਕੋ ਤਿਆਰ ਦੇ ਕੇ ਗੁਰੂ ਹੋਈ ਯਾਨੀ ਕਿ ਸਾਡੇ ਗੁਰੂ ਦੀ ਦੇਗ ਤਿਆਰ ਹੈ ਜੇ ਕੋਈ ਭੁੱਖਾ ਹੈ ਤਾਂ ਆ ਕੇ ਲੰਗਰ ਛਕ ਸਕਦਾ ਹੈ ਨਾਦਰ ਸ਼ਾਹ ਨੇ ਪੁੱਛਿਆ ਜੇ ਦੁਸ਼ਮਣ ਹੀ ਆ ਕੇ ਬੈਠ ਜਾਵੇ ਫੇਰ ਫੇਰ ਬਾਦਸ਼ਾਹ ਉਸ ਦੁਸ਼ਮਣ ਨੂੰ ਵੀ ਉਸੇ ਪ੍ਰੇਮ ਨਾਲ ਹੀ ਲੰਗਰ ਛਕਾਉਣਗੇ ਜਿਵੇਂ ਆਪਣੇ ਸਿੱਖ ਭਰਾ ਨੂੰ ਛਕਾਉਂਦੇ ਹਨ ਕਹਿੰਦਾ ਜੇ ਦੁਸ਼ਮਣ ਸਾਰਾ ਹੀ ਭੋਜਨ ਖਾ ਜਾਵੇ ਫੇਰ ਫੇਰ ਕਹਿੰਦੇ ਹਨ ਲੰਗਰ ਮਸਤਾਨਾ ਹੋ ਗਿਆ ਤੇ ਆਪਣੇ ਗੁਰੂ ਦਾ ਸ਼ੁਕਰ ਕਰਦੇ ਹਨ ਕਿ ਗੁਰੂ ਨੇ ਇਹਨਾਂ ਨੂੰ ਕਿਸੇ ਭੁੱਖੇ ਦਾ ਢਿੱਡ ਭਰਨ ਜੋਗਾ ਕੀਤਾ ਜੇਰਾ ਆਪਾਂ 1 ਮਿੰਟ ਆਪਣੀ ਸੁਰਤ ਤੇ ਧੋਹਰ ਪਾ ਕੇ ਵੇਖੀਏ ਕਿਹੋ ਜਿਹਾ ਕਿਰਦਾਰ ਹੋਊਗਾ ਉਸ ਸਮੇਂ ਸਿੰਘਾਂ ਦਾ ਸਿੱਖਾਂ ਦੀ ਇਹ ਪਛਾਣ ਉਹ ਜਾਨੀ ਦੁਸ਼ਮਣ ਦੱਸ ਰਿਹਾ ਹੈ ਜਿਹੜਾ ਪਿਛਲੇ ਕਈ ਵਰਿਆਂ ਤੋਂ ਸਿੰਘਾਂ ਦਾ ਖੁਰਾਕ ਖੋਜ ਮਟੌਣ ਲਈ ਅੱਡੀ ਚੋਟੀ ਦਾ ਜੋਰ ਲਾ ਰਿਹਾ ਹੈ ਸਿੰਘਾਂ ਬਾਰੇ ਇਹ ਸਭ ਸੁਣਨ ਤੋਂ ਬਾਅਦ ਨਦਰਸ਼ਾ ਨੇ ਇੱਕੋ ਗੱਲ ਕਹੀ ਅਜੀ ਕੌਮ ਬੂ ਬਾਦਸ਼ਾਹੀਏ ਆਮਦ ਜ਼ਕਰੀਆ ਖਾਨ ਜੋ ਗੱਲਾਂ ਤੂੰ ਮੈਨੂੰ ਦੱਸੀਆਂ ਜਿਓ ਸੱਚ ਹਨ ਇਸ ਕੌਮ ਦੇ ਕਿਰਦਾਰ ਚੋਂ ਮੈਨੂੰ ਬਾਦਸ਼ਾਹਤ ਦੀ ਬੂਹ ਆਉਂਦੀ ਹੈ ਇਹ ਇੱਕ ਦਿਨ ਜ਼ਰੂਰ ਰਾਜ ਕਰਨਗੇ ਇਹਨਾਂ ਦੀਆਂ ਜੜਾ ਪੁੱਟਣ ਚ ਇਹਨਾਂ ਨੂੰ ਮਟੌਂ ਚ ਆਪਣੀ ਪੂਰੀ ਵਾਹ ਲਾ ਦੇ ਨਹੀਂ ਤਾਂ ਛੇਤੀ ਹੀ ਤੇਰਾ ਰਾਜ ਖੁੱਜਿਆ ਸਮਝ ਨਾਦਰ ਸ਼ਾ ਆਪਣੀ ਪੂਰੀ ਪਲਟਨ ਸਮੇਤ ਈਰਾਨ ਵੱਲ ਵਧਦਾ ਰਿਹਾ ਤੇ ਸਿੰਘ ਹਰ ਦੂਜੀ ਤੀਜੀ ਰਾਤ ਵੱਖ-ਵੱਖ ਦਿਸ਼ਾਵਾਂ ਤੋਂ ਤੇ ਵੱਖ-ਵੱਖ ਢੰਗ ਨਾਲ ਹੱਲੇ ਬੋਲ ਕੇ ਉਸ ਨੂੰ ਲੁੱਟਦੇ ਰਹੇ ਪੰਜਾਬ ਦੀ ਧਰਤੀ 'ਚੋਂ ਨਿਕਲਣ ਤੱਕ ਉਸ ਦਾ ਬਹੁਤ ਸਾਰਾ ਭਾਰ ਸਿੱਖਾਂ ਨੇ ਹੌਲਾ ਕਰਤਾ ਸੋਨਾ ਚਾਂਦੀ ਹੀਰੇ ਜਵਾਹਰਾ ਤੇ ਹਥਿਆਰ ਇਹ ਸਭ ਦਿਲ ਖੋਲ ਕੇ ਲੁੱਟਦੇ ਜਰ ਜੋ ਸਭ ਤੋਂ ਮੁੱਖ ਨਿਸ਼ਾਨਾ ਸੀ ਲਗਭਗ ਸਾਰੀਆਂ ਹੀ 10000 ਔਰਤਾਂ ਤੇ 2200 ਕੁਵਾਰੀਆਂ ਲੜਕੀਆਂ ਉਸ ਸ਼ੈਤਾਨ ਦੇ ਚੰਗਲ ਚੋਂ ਆਜ਼ਾਦ ਕਰਾਈਆਂ ਤੇ ਉਹਨਾਂ ਨੂੰ ਸਭ ਨੂੰ ਉਹਨਾਂ ਦੇ ਘਰੋ ਘਰੀ ਪਹੁੰਚਾਇਆ ਉਹ ਗੱਲ ਅੱਡ ਹੈ ਕਿ ਕਈਆਂ ਦੇ ਘਰਦਿਆਂ ਨੇ ਉਹਨਾਂ ਨੂੰ ਰੱਖਣ ਤੋਂ ਇਨਕਾਰ ਕਰਤਾ ਕਹਿੰਦੇ ਇਹ ਪਠਾਨਾਂ ਕੋਲ ਰਾਤ ਬਿਤਾ ਕੇ ਆਈਆਂ ਹਨ ਸਿੰਘਾਂ ਨੇ ਉਹਨਾਂ ਨੂੰ ਵੀ ਪਹਿਣਾ ਬਣਾ ਕੇ ਆਪਣੇ ਕੋਲ ਸ਼ਰਨ ਦਿੱਤੀ ਪਰ ਇਹ ਸਾਰੇ ਹੱਲੇ ਪਹਿਲੇ ਦੋ ਹੱਲਿਆਂ ਵਾਂਗ ਆਸਾਨ ਨਹੀਂ ਸਨ ਹੁਣ ਨਾਦਰ ਸ਼ਾਹ ਦੀ ਫੌਜ ਸੁਚੇਤ ਹੋ ਚੁੱਕੀ ਸੀ ਉਹ ਸਾਰੀ ਰਾਤ ਡਟ ਕੇ ਪਹਿਰਾ ਦਿੰਦੇ ਸਨ ਹਿੰਦੁਸਤਾਨ ਦੀ ਆਬਰੂ ਬਚਾਉਣ ਦੀ ਸਿੰਘਾਂ ਨੇ ਬੜੀ ਵੱਡੀ ਕੀਮਤ ਚੁਕਾਈ ਸੈਂਕੜੇ ਸਿੰਘ ਇਨ੍ਹਾਂ ਹੱਲਿਆਂ ਵਿੱਚ ਸ਼ਹੀਦ ਹੋਏ ਸਿੱਖ ਕੌਮ ਦਾ ਕੋਈ ਜੱਥੇਦਾਰ ਇਹੋ ਜਿਹਾ ਨਹੀਂ ਸੀ ਜਿਹਦੇ ਸਰੀਰ ਫੱਟਾਂ ਨਾਲ ਵਿੰਨਿਆ ਨਾ ਗਿਆ ਹੋਵੇ ਨਾਦਰ ਸ਼ਾਹ ਤਾਂ ਜਾਂਦਾ ਰਿਹਾ ਪਰ ਉਹਦੀ ਗੱਲ ਜਕਰੀਆ ਖਾਨ ਨੇ ਆਪਣੇ ਪੱਲੇ ਬੰਨ ਲਈ ਉਹ ਸਮਝ ਗਿਆ ਸੀ ਕਿ ਨਾਦਰ ਸ਼ਾ ਪਹਿਲੇ ਬਾਦਸ਼ਾਹ ਰੰਗਿੱਲੇ ਵਾਂਗ ਲਾਪਰਵਾਹ ਨਹੀਂ ਸੀ ਜੇ ਉਸਦੇ ਦੁਬਾਰਾ ਹੁੰਤੇ ਵੀ ਸਿੱਖਾਂ ਨੇ ਇਸੇ ਤਰ੍ਹਾਂ ਰੰਗ ਵਿਖਾਏ ਤਾਂ ਫੇਰ ਤਾਂ ਉਹਦਾ ਤਖਤਾ ਪਲਟ ਪੱਕਾ ਹੈ ਜਾਂ ਤਾਂ ਸਿੰਘ ਉਸਦਾ ਤਖਤ ਮਲ ਲੈਣਗੇ ਜਾਂ ਨਾਦਰ ਸ਼ਾ ਉਸ ਨੂੰ ਤਖਤ ਤੋਂ ਲਾ ਕੇ ਕਿਸੇ ਹੋਰ ਨੂੰ ਲਾਹੌਰ ਦਾ ਗਵਰਨਰ ਬਣਾ ਦੇਊਗਾ ਸੋ ਆਪਣੀ ਗੱਦੀ ਬਚਾਉਣ ਲਈ ਜ਼ਕਰੀਆ ਖਾਨ ਨੇ ਨਾਦਰ ਸ਼ਾ ਦੀ ਦੁਬਾਰਾ آمد ਤੋਂ ਪਹਿਲਾਂ ਕਿਸੇ ਵੀ ਹਾਲਤ ਵਿੱਚ ਸਿੱਖਾਂ ਨੂੰ ਖਤਮ ਕਰਨ ਦੀ ਧਾਰ ਲਈ ਇਸ ਤੋਂ ਅੱਗੇ ਨਾਦਰ ਸ਼ਾ ਨੇ ਕੀ ਕੀ ਸਕਤੀਆਂ ਵਰਤੀਆਂ ਤੇ ਸਿੱਖਾਂ ਨੇ ਉਸ ਦਾ ਕਿਸ ਤਰ੍ਹਾਂ ਮੁਕਾਬਲਾ ਕੀਤਾ ਇਹ ਸਭ ਕੁਝ ਜਾਣਾਂਗੇ ਆਪਾਂ ਅਗਲੇ ਕਿਸੇ ਵੀਡੀਓ ਵਿੱਚ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜੇ ਤੁਸੀਂ ਸਰਦਾਰਾਂ ਦੇ 12 ਵਜਨ ਵਾਲੀ ਘਟਨਾ ਦੀ ਅਸਲੀਅਤ ਦੱਸਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਾਡਾ ਇੰਸਟਾਗ੍ਰam ਪੇਜ ਵੀ ਤੁਹਾਡੀ ਉਡੀਕ ਕਰ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ